ਮੇਰੇ ਨਾਲ ਦਾ ਸੀ ਮੁੰਡਾ ਇੰਜੀਨੀਅਰ ਰੰਧਾਵਾ, ਫਿਰ ਉਹਨੂੰ ਮੋਟਰਸਾਈਕਲ 'ਤੇ ਬਿਠਾਇਆ, ਉਹਨੂੰ ਚੱਲ ਗਿਆ ਜੀ ਬਾਜ਼ਾਰ ਦੇ ਵਿੱਚ, ਉੱਥੋਂ ਕੀ ਜੀ ਖਾਣਾ ਲੈ ਕੇ ਆ ਰਹੇ ਨੇ, ਕੋਈ ਚਿਕਨ ਲਈ ਜਾਵੇ, ਦੂਸਰੇ ਰੋਟੀਆਂ ਲੈ ਕੇ, ਨਹੀਂ ਪਹਿਲੇ ਕਹਿੰਦੇ ਇਹਨੂੰ ਖਾਓ, ਕੋਈ ਵੇਟਰ ਇੱਧਰੋਂ ਆ ਰਿਹਾ, ਨਹੀਂ ਸਾਗੀ ਆ ਪੀਓ, ਆ ਖਾਓ, ਆ ਮਤਲਬ ਇੰਨਾ ਪਿਆਰ ਦਿੱਤਾ ਗਿਆ, ਇੰਨਾ ਪਿਆਰ ਜਿਹਨੂੰ ਕਹਿੰਦੇ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ, ਫਿਰ ਨਹੀਂ ਕਦੇ ਕੋਲਡ ਡਰਿੰਕ ਨਹੀਂ, ਉਹਦਾ ਪੀਤਾ ਮੇਰਾ ਵੀ ਪੀਓ ਜੀ, ਇਸ ਤਰ੍ਹਾਂ ਉਹਨਾਂ ਨੇ ਕੀਤਾ, ਫਿਰ ਬੜੀ ਰਿਕੁਐਸਟ ਕੀਤੀ, ਨਹੀਂ ਠੀਕ ਆ, ਹੋ ਗਿਆ ਆਪਦਾ ਯਾਰ ਮੰਗਵਾਈ, ਉਹਨਾਂ ਕਹਿੰਦੇ ਤੁਸੀਂ ਬੈਠੋ ਇੱਥੇ, ਅਸੀਂ ਦੇਖਦੇ ਹਾਂ ਥੋੜ੍ਹਾ ਇਹਨਾਂ ਨੂੰ, ਦੇਖ ਲਈ ਜਿਹੜੇ ਹੋਰ ਆਏ। ਅੱਛਾ ਉਹ ਕਹਿੰਦੇ ਕਿੱਥੇ ਆ, ਕਰਾਚੀ ਆ, ਕਹਿੰਦਾ ਪਤਾ ਮੈਨੂੰ, ਜਾਣਾ ਕੋਈ ਗੱਲ ਨਹੀਂ ਹੈਗੀ, ਏਦਾਂ ਗੱਲ ਕਰਦੇ ਕਰਦੇ ਮੈਂ ਯਾਰ ਤੁਸੀਂ ਇੱਦਾਂ ਇੱਦਾਂ ਕਰਦੇ, ਆਹ ਚੀਜ਼ ਹੋਈ ਆ, ਅਤੇ ਉਹ ਕਹਿੰਦੇ ਛੱਡੋ ਨਾ ਇਹਨਾਂ ਚੀਜ਼ਾਂ, ਤੁਸੀਂ ਕਰਾਚੀ ਜਾਣਾ ਨਾ, ਫਿਰ ਕੀ ਹੋ ਗਿਆ, ਅਸੀਂ ਭੇਜਾਂਗੇ ਨਾ, ਕਿਉਂ ਚਿੰਤਾ ਕਰ ਜੀ। ਪੇਰੈਂਟਸ ਉੱਧਰੋਂ ਪਾਕਿਸਤਾਨ ਵਾਲੇ ਪਾਸਿਓਂ ਆਏ ਸੀਗੇ, ਜਦੋਂ ਏਸ਼ੀਅਨ ਚੈਂਪੀਅਨਸ਼ਿਪ ਹੁੰਦੀ ਹੈ, ਤੁਸੀਂ ਤੁਹਾਨੂੰ ਕਰਾਚੀ ਜਾਣ ਦਾ ਮੌਕਾ ਮਿਲਦਾ ਹੈ, ਅਤੇ ਉੱਥੇ ਜਾ ਕੇ ਮਾਣ ਮਹਿਸੂਸ ਹੁੰਦਾ ਵੀ ਜਿੱਥੇ ਮੇਰੇ ਮਾਂ ਪਿਓ ਛੱਡ ਕੇ ਆਏ ਸੀ ਅਤੇ ਅੱਜ ਮੈਂ ਉੱਥੇ ਪਹੁੰਚੇ? ਬਹੁਤ ਜ਼ਿਆਦਾ ਹੈ। ਉਹਦਾ ਰੀਜ਼ਨ ਕੀ ਸੀਗਾ ਕਿ ਜਦੋਂ ਤਿੰਨ ਵਾਰ ਮੈਂ ਨੈਸ਼ਨਲ ਚੈਂਪੀਅਨ ਹੋ ਚੁੱਕਾ ਸੀ, ਦੈਨ ਸਿਲੈਕਸ਼ਨ ਟ੍ਰਾਇਲ ਜਦੋਂ ਬਾਅਦ ਵਿੱਚ ਮੇਰਾ ਨੈਸ਼ਨਲ ਚੈਂਪੀਅਨ ਤੋਂ ਬਾਅਦ ਊਟੀ ਤੋਂ ਸ਼ੁਰੂ ਜਿਹੜਾ ਕੰਪਟੀਸ਼ਨ ਉੱਥੇ ਹੋਇਆ, ਸਿਲੈਕਸ਼ਨ ਹੋ ਗਈ ਏਸ਼ੀਆ ਜਾਣ ਵਾਸਤੇ। ਜਦੋਂ ਏਸ਼ੀਆ ਜਾਣਾ ਸੀ ਆ ਵੀਜ਼ਾ ਵਾਸਤੇ ਮੈਂ ਅਪਲਾਈ ਕੀਤਾ ਸੀ ਪਾਕਿਸਤਾਨ, ਜਦੋਂ ਗਿਆ ਮੈਂ ਕੀਤਾ, ਕਰਨ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਕਿ ਵੀਜ਼ਾ ਦੇਣ ਨੇ ਉਹਨਾਂ ਨੂੰ ਜੁਮਾ ਦੇਣ ਆ ਗਿਆ ਕੀ ਆ ਗਿਆ, ਅਤੇ ਉਹਨਾਂ ਨੇ ਅੱਜ ਦਿੰਦੇ ਕੱਲ੍ਹ ਦਿਨ ਉਹ ਸਿਚੁਏਸ਼ਨ ਹੋਇਆ। ਮਤਲਬ ਜੋ ਵੀਜ਼ਾ ਮੈਨੂੰ ਮਿਲਿਆ ਉਹ ਮਿਲਿਆ 4 ਤਰੀਕ ਨੂੰ, ਅਕਟੂਬਰ ਦੀ 4 ਤਰੀਕ ਨੂੰ ਸ਼ਾਮ ਦੇ 5 ਵਜੇ ਦਿੱਤਾ ਉਹ ਦਿਨ। ਉਸ ਤੋਂ ਬਾਅਦ ਕੀ ਹੈ ਗਿਆ, 5 ਤਰੀਕ ਨੂੰ ਕਰਾਚੀ ਅਰਾਈਵਲ ਸੀ ਪਹੁੰਚਣ ਦਾ ਕੰਪਟੀਸ਼ਨ ਦੇ ਉੱਤੇ, ਤੋ ਮੈਂ ਹਜੇ ਇੰਡੀਆ ਦੇ ਵਿੱਚ, ਮੈਂ ਦਿੱਲੀ ਹਾਂ ਹਜੇ, ਉਹ ਦਿੱਲੀ ਜਦੋਂ ਆਇਆ ਫਿਰ ਮੈਂ ਪਾਸਪੋਰਟ ਫੜਿਆ, ਫਟਾਫਟ ਅਸੀਂ ਆਏ ਹਾਂ, 2 ਜਣੇ ਸੀ ਮੇਰੇ ਨਾਲ, ਹੋਰ ਸੀ ਇੱਕ ਜਿਹੜਾ ਰੇਲਵੇ ਵਿੱਚ ਮੁੰਡਾ ਸੀ ਉਹ ਸੀਗਾ, ਅਸੀਂ ਦੋਨੋਂ ਜਾਣੇ, ਉਹਦਾ ਰੰਧਾਵਾ ਕਰਨ ਮੁੰਡੇ ਦਾ ਨਾਂ ਸੀਗਾ, ਹੈਗਾ ਸੀਗਾ ਬੰਦੇ ਦਾ, ਅਸੀਂ ਦੋਨੋਂ ਜਾਣੇ ਰਾਤੋਂ ਰਾਤ ਬੱਸ ਫੜੀ ਆ, ਜਲੰਧਰ ਪਹੁੰਚੇ ਹਾਂ, 2:30 ਵਜੇ ਪਹੁੰਚੇ ਹਾਂ ਇੱਥੋਂ। ਫਿਰ ਅਸੀਂ ਜਿਹੜਾ ਸੀਗਾ ਉਹ ਜੇ ਪਾਸਪੋਰਟ ਜਿਹੜੀ ਇਮੀਗ੍ਰੇਸ਼ਨ ਕਰਵਾਉਣੀ ਸੀ, ਪਾਸਪੋਰਟ ਆਫਿਸ ਜਾ ਕੇ ਸਵੇਰੇ ਜਲ 10 ਵਜੇ ਪਾਸਪੋਰਟ ਆਫਿਸ ਖੁੱਲ੍ਹਿਆ, ਉਹ ਜਾ ਕੇ ਫਿਰ ਪਾਸਪੋਰਟ ਫਟਾਫਟ ਦਿੱਤੇ ਉੱਤੇ ਦੇ ਕੇ ਉਹਨਾਂ ਨੇ ਫਿਰ ਸਾਨੂੰ ਸਟੈਂਪ ਲਗਾ ਕੇ ਸਭ ਤੋਂ ਪਰਮਿਸ਼ਨ ਦਿੱਤੀ ਜਾਣ ਵਾਸਤੇ ਕੰਪਟੀਸ਼ਨ ਦੇ। ਫਿਰ 12 ਵਜੇ ਸਾਨੂੰ ਮਿਲਿਆ ਜਿਹੜਾ ਪਾਸਪੋਰਟ ਸੀ, ਫਿਰ ਅਸੀਂ ਜਲਦੀ ਜਲਦੀ ਗਏ ਵੀ ਇੱਥੋਂ ਡਾਲਰ ਮਿਲਣਗੇ, ਕਿਤੇ ਫੋਰਨ ਕਰੰਸੀ ਚਾਹੀਦੀ ਹੈਗੀ ਆ, ਉਹ ਕਹਿੰਦੇ ਉਹ ਤੁਹਾਨੂੰ ਅੰਮ੍ਰਿਤਸਰ ਮਿਲੇਗੀ। ਫਿਰ ਜਲਦੀ ਅਸੀਂ ਬੱਸ 'ਚ ਬੈਠੇ ਹਾਂ, ਬੱਸ 'ਚ ਬਹਿ ਕੇ ਸਿੱਧਾ ਅਸੀਂ ਅੰਮ੍ਰਿਤਸਰ ਗਏ, ਅੰਮ੍ਰਿਤਸਰ ਜਾ ਕੇ ਫਿਰ ਉਹ ਡਾਲਰ ਲਏ, ਡਾਲਰ ਕਿੰਨੇ ਮਿਲੇ, $45 ਓਨਲੀ, ਔਰ ਜਿਹੜੀ ਉਹਦੀ ਕੀਮਤ ਸੀ ਜਸਟ ਓਨਲੀ 9 ਰੁਪਏ ਕੁਛ ਰੁਪਏ ਸੀਗੇ ਉਸ ਟਾਈਮ ਦੀ ਗੱਲ ਕਰਨ, 83 ਦੀ। ਉਸ ਤੋਂ ਬਾਅਦ ਫਿਰ ਅਸੀਂ ਕੀਤਾ ਵੀ ਲਾਹੌਰ ਨੂੰ ਚੱਲ ਪਏ ਹਾਂ ਬਾਈ ਟ੍ਰੇਨ, ਟ੍ਰੇਨ ਜਾ ਕੇ ਆਪਣੇ ਅਟਾਰੀ ਬਾਰਡਰ 'ਤੇ ਗਏ, ਅਟਾਰੀ 'ਤੇ ਜਾ ਕੇ ਉਹਨਾਂ ਨੇ ਫਿਰ ਉਹ ਕੀਤਾ ਕਿ ਚੈਕਿੰਗ ਜੋ ਕੁਛ ਵੀ ਹੁੰਦਾ ਉਹ ਕੀਤਾ, ਕਰ ਕੁਰ ਕੇ ਤੁਹਾਡੇ ਕੋਲ ਫੋਰਨ ਕਰੰਸੀ ਕਿਤਨੀ ਕਿੰਨੀ ਕਿੰਨੀ, ਮੈਂ ਜੋ ਆ $45 ਹੈਗੇ ਹੋਰ ਤਾਂ ਕੁਛ ਨਹੀਂ, ਫਿਰ ਉਹ ਪਾਕਿਸਤਾਨੀ ਕਰੰਸੀ ਵਿੱਚ ਚੇਂਜ ਕਰਨੀ, ਇੱਥੋਂ ਇੰਡੀਆ ਲੱਗਣੀ ਸੀਗੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀਤਾ, ਕਹਿੰਦੇ ਕਿ ਤੁਸੀਂ ਹੁਣ ਇੰਡੀਆ ਕਰੰਸੀ ਉੱਥੇ ਜਾਣੀ ਨਹੀਂ ਹੈਗੀ, ਮੇਰੇ ਕੋਲ ਥੋੜ੍ਹੀ ਨਹੀਂ ਹੈਗੀ ਸੀ ਵੀ ਚੇਂਜ ਕਰਕੇ ਫਲਾਈਟ ਫੜਾਂ ਲਾਹੌਰ ਤੋਂ ਫੜਾਂਗੇ ਦੈਨ ਕਰਾਚੀ ਪਹੁੰਚਾਂਗੇ, ਉਹ ਕਹਿੰਦੇ ਇੰਡੀਆ ਕਰੰਸੀ ਜਾਣ ਹੀ ਦੇਣੀ, ਚਲੋ ਠੀਕ ਨਹੀਂ ਹੈ, $45 ਦੇ ਨਾਲ ਹੀ ਅਸੀਂ ਗਏ ਲਾਹੌਰ, ਉਹਦੇ ਇੰਟਰ ਹੋਏ ਹਾਂ ਲਾਹੌਰ, ਜਦੋਂ ਬੈਠੇ ਸਟੇਸ਼ਨ 'ਤੇ ਜਾ ਕੇ ਉੱਥੇ ਹੀ ਸਾਰਾ ਚੈੱਕਅਪ ਹੁੰਦਾ ਹੈਗਾ, ਅਤੇ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਜਿਹੜੇ ਉਹ ਸਪੋਰਟਸਮੈਨ ਸੀ ਜਿਹੜੇ ਲੱਗੇ ਹੋਏ ਸੀ ਉੱਥੇ ਇਮੀਗ੍ਰੇਸ਼ਨ ਦੇ ਵਿੱਚ ਜੋ ਕਰਦੇ ਸੀ, ਜਦੋਂ ਉੱਥੇ ਗਏ ਉਹਨਾਂ ਨੇ ਕਹਿੰਦੇ ਕਿ ਜਦੋਂ ਦੇਖਿਆ ਸਾਡੇ ਵੱਲ ਬਾਡੀ 'ਤੇ ਹੈ ਅਸੀਂ ਹੈਗਾ ਸੀ, ਕਹਿੰਦੇ ਸਾਨੂੰ ਇੱਕ ਮਤਲਬ ਚੇਅਰ ਮੰਗਵਾਈ, ਉਹਨਾਂ ਕਹਿੰਦੇ ਤੁਸੀਂ ਬੈਠੋ ਇੱਥੇ, ਅਸੀਂ ਦੇਖਦੇ ਹਾਂ ਥੋੜ੍ਹਾ ਇਹਨਾਂ ਨੂੰ ਦੇਖ ਲਈ ਜਿਹੜੇ ਹੋਰ ਆਏ ਨੇ। ਅੱਛਾ ਉਹ ਕਹਿੰਦੇ ਕਿੱਥੇ ਆ, ਕਰਾਚੀ ਯਾਰ, ਕਹਿੰਦਾ ਪਤਾ ਮੈਨੂੰ ਕਿੱਥੇ ਜਾਣਾ, ਕੋਈ ਗੱਲ ਨਹੀਂ ਹੈਗੀ, ਇੱਦਾਂ ਗੱਲ ਕਰਦੇ ਕਰਦੇ ਮੈਂ ਯਾਰ ਤੁਸੀਂ ਇੱਦਾਂ ਇੱਦਾਂ ਕਰਦੇ ਆਹ ਚੀਜ਼ ਹੋਈ ਆ, ਅਤੇ ਉਹ ਕਹਿੰਦੇ ਛੱਡੋ ਨਾ ਇਹਨਾਂ ਚੀਜ਼ਾਂ, ਤੁਸੀਂ ਕਰਾਚੀ ਜਾਣਾ ਨਾ, ਫਿਰ ਕੀ ਹੋ ਗਿਆ, ਅਸੀਂ ਭੇਜਾਂਗੇ ਨਾ, ਕਿਉਂ ਚਿੰਤਾ ਕਰਦੇ, ਮਤਲਬ ਉੱਥੇ ਜਿਹੜਾ ਉਹ ਰਿਸਪੈਕਟ ਉੱਥੇ ਮਿਲੀ
ਮੈਂ ਦੇਖੋ ਆਪਣੀ ਹਰ ਇੱਕ ਦੀ ਸੋਚ ਹੈਗੀ ਆ, ਲੇਕਿਨ $45 ਹੈਗਾ ਮੇਰੇ ਕੋਲ, ₹500 ਇੰਡੀਆ ਦਾ ਹੈਗਾ ਬਹੁਤ ਆ, ਲੋੜ ਨਹੀਂ ਹੈਗੀ। ਜਦੋਂ ਖਤਮ ਹੋਣਗੇ ਫਿਰ ਮੈਂ ਦੇਖੂੰਗਾ, ਅਦਰਵਾਈਜ਼ ਠੀਕ ਆ ਤੁਸੀਂ ਕਰੋ। ਫਿਰ ਅਸੀਂ ਗਏ ਰੇਲਵੇ ਸਟੇਸ਼ਨ ਦੇ ਮਾਸਟਰ ਦੇ ਕੋਲ, ਉੱਥੋਂ ਕਲੀਅਰ ਹੋ ਕੇ ਉਹਨਾਂ ਸਾਨੂੰ ਕੋਲਡ ਡਰਿੰਕ ਵੀ ਪਿਆ ਲਿਆ ਉੱਥੇ, ਕੋਲਡ ਡਰਿੰਕ ਪਿਆ ਕੇ ਕਹਿੰਦਾ ਜੀ ਤੁਸੀਂ ਚੱਲੋ। ਫਿਰ ਅਸੀਂ ਰੇਲਵੇ ਸਟੇਸ਼ਨ ਮਾਸਟਰ ਕੋਲ ਗਏ, ਉੱਥੇ ਜਾ ਕੇ ਫਿਰ ਉਹਨੇ ਕਿਹਾ ਵੀ ਇੱਦਾਂ ਦਾ ਅਸੀਂ ਜਾਣਾ ਕਰਾਚੀ ਪਹੁੰਚਣਾ, ਤਾਂ ਸਾਨੂੰ ਜਿਹੜੀ ਟਿਕਟ ਜਿਹੜੀ ਆ VIP ਕੋਟਾ ਜੋ ਵੀ ਕੁਛ ਹੈਗਾ ਉਹਨੂੰ ਦਿਓ। ਅੱਛਾ, ਉਹ ਕਹਿੰਦਾ ਕਿ ਤੂੰ ਇੱਥੇ ਬੈਠ, ਮੈਨੂੰ ਬਿਠਾ ਦਿੱਤਾ ਉਹਨੇ ਆਪਣੇ ਆਫਿਸ 'ਚ, ਮੇਰੇ ਨਾਲ ਦਾ ਸੀ ਮੁੰਡਾ ਇਸ ਰੰਧਾਵਾ, ਫਿਰ ਉਹਨੂੰ ਮੋਟਰਸਾਈਕਲ 'ਤੇ ਬਿਠਾਇਆ, ਉਹਨੂੰ ਚੱਲ ਗਿਆ ਜੀ ਬਾਜ਼ਾਰ ਦੇ ਵਿੱਚ। ਉੱਥੋਂ ਕੀ ਜੀ ਖਾਣਾ ਲੈ ਕੇ ਆ ਰਹੇ ਨੇ, ਕੋਈ ਚਿਕਨ ਲਈ ਆਵੇ, ਦੂਸਰੇ ਰੋਟੀਆਂ ਲੈ ਕੇ ਨਹੀਂ, ਪਹਿਲੇ ਕਹਿੰਦੇ ਇਹਨੂੰ ਖਾਓ। ਉਹ ਮੈਂ ਤੁਸੀਂ ਖਾਣ ਦੀ ਗੱਲ ਕਰਦੇ, ਸਾਡਾ ਧਿਆਨ ਤਾਂ ਉੱਧਰ ਕੰਪੀਟੀਸ਼ਨ ਦੇ ਵਿੱਚ ਹੈਗਾ, ਤਾਂ ਤੁਸੀਂ ਇਹਨੂੰ ਕੀ ਕਰ ਰਹੇ, ਜਲਦੀ ਕਰਵਾਓ ਸਾਨੂੰ, ਠੀਕ ਹੋ ਗਿਆ। ਕਹਿੰਦਾ ਗੱਡੀ ਦਾ ਚਲਾਉਣ ਦਾ ਆਰਡਰ ਤਾਂ ਮੈਂ ਦੇਣਾ, ਕਿਉਂ ਚਿੰਤਾ ਕਰਦੇ ਤੁਸੀਂ, ਰੁਕ ਜਾਓ ਤੁਸੀਂ, ਆਰਾਮ ਨਾਲ ਖਾਓ ਤੁਸੀਂ। ਅਸੀਂ ਖਾਧਾ, ਫਿਰ ਉਹ ਟਿਕਟ ਕਲੈਕਟ ਸਾਰੇ ਬੁਲਾਏ ਕਿ ਮੇਰੇ ਮਹਿਮਾਨ, ਇਹਨਾਂ ਨੇ ਕਰਾਚੀ ਪਹੁੰਚਣਾ, ਆਇਆ ਸੇਫ ਲੈ ਕੇ ਜਾਣਾ। ਫਿਰ ਉਹਨਾਂ ਨੇ ਸਾਨੂੰ ਜਦੋਂ ਅਸੀਂ ਟ੍ਰੇਨ ਫੜੀ ਆ 8:30 ਦੇ ਕਰੀਬ, ਅਤੇ ਪਹਿਲਾਂ ਤਾਂ ਉਹ ਜਿਹੜੀ ਪੈਟਰਿੰਗ ਕਾਰ ਹੁੰਦੀ ਉਹ 'ਚ ਬੈਠੇ ਅਸੀਂ, ਜਿੱਥੇ ਖਾਣਾ ਖੁਣਾ ਸਰਵ ਕਰ ਦਿੰਦੇ। ਉਸ ਤੋਂ ਬਾਅਦ ਘੰਟਾ 2 ਘੰਟੇ ਅਸੀਂ ਸਾਰੀ ਚੈੱਕ ਗੱਡੀ ਚੈੱਕ ਕਰਕੇ ਆਉਂਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਂਦੇ ਹਾਂ। ਉਸ ਤੋਂ ਬਾਅਦ ਫਿਰ ਉਹ ਜਦੋਂ ਜਿਹੜੇ ਉੱਥੇ ਬੈਠਿਆਂ ਬੈਠਿਆਂ ਹੀ ਕੋਈ ਵੇਟਰ ਇੱਧਰੋਂ ਆ ਰਿਹਾ, ਨਹੀਂ ਸਰ ਜੀ ਆ ਪੀਓ, ਆ ਖਾਓ, ਆ ਖਾਓ, ਮਤਲਬ ਇੰਨਾ ਪਿਆਰ ਦਿੱਤਾ ਗਿਆ, ਇੰਨਾ ਪਿਆਰ ਜਿਹਨੂੰ ਕਹਿੰਦੇ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ। ਫਿਰ ਉਹਨੇ ਕਦੇ ਕੋਲਡ ਡਰਿੰਕ ਨਹੀਂ, ਉਹਦਾ ਪੀਤਾ ਮੇਰਾ ਵੀ ਪੀਓ ਜੀ, ਇਸ ਤਰ੍ਹਾਂ ਉਹਨਾਂ ਨੇ ਕੀਤਾ। ਫਿਰ ਬੜੀ ਰਿਕੁਐਸਟ ਕੀਤੀ, ਨਹੀਂ ਠੀਕ ਆ, ਹੋ ਗਿਆ, ਡੋਂਟ ਵਰੀ, ਵੈਰੀ ਥੈਂਕਸ ਆਪਦਾ, ਉਹ ਕੀਤਾ।